ਜ਼ਿਲ੍ਹਾ ਤਰਨ ਤਰਨ ਵਿੱਚ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਨਸ਼ਿਆਂ ਦਾ ਬੋਲਬਾਲਾ ਹੈ। ਉਸੇ ਹੀ ਜ਼ਿਲ੍ਹੇ ਦੇ ਬਲਾਕ ਭਿੱਖੀਵਿੰਡ ਦੇ ਪਿੰਡ ਕੁਲਾਰਾ ਵਸਨੀਕ ਬਲਵਿੰਦਰ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਰਾਜਸੀ ਸਕੱਤਰ ਰਹੇ ਤੇਜ ਪ੍ਰਤਾਪ ਸਿੰਘ ਬਾੜ ਦਾ ਬਤੌਰ ASI ਸਿਕਿਉਰਿਟੀ ਗਾਰਡ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਆਪਣੀ ਜ਼ਿੰਮੇਵਾਰੀ ਸਾਂਭਦੇ ਹੋਏ ਉਸ ਕੋਲੋਂ 10-11 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਕੁੱਲਾ ਦੇ ਕਾਲੂ ਨਾਂ ਦੇ ਵਿਅਕਤੀ ਜੋ ਮੌਜੂਦਾ ਪਿੰਡ ਦੇ ਸਰਪੰਚ ਰਾਜਵੰਸ਼ ਸਿੰਘ ਦਾ ਭਤੀਜਾ ਹੈ ਉਸ ਕੋਲ ਕੁਝ ਨਸ਼ੀਲਾ ਸਮਾਨ ਹੋ ਸਕਦਾ ਹੈ। ਕੱਚਾ ਪੱਕਾ ਥਾਣੇ ਵਿੱਚ ਪੁਲਿਸ ਨੂੰ ਫੋਨ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਵਾ ਦਿੱਤਾ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਸ ਨੂੰ ਕਈ ਤਰ੍ਹਾਂ ਦੇ ਫੋਨ ਆ ਰਹੇ ਹਨ। ਕਾਲੂ ਹਾਂਜੀ ਤੇ ਇਹਨਾਂ ਨੇ ਕੱਲ ਮੇਰੇ ਤੇ ਉੱਤੇ ਝੂਠੀ ਤਰਾਹ ਕਿਉਂਕਿ ਉਹ ਰਾਜਵੰਤ ਦਾ ਭਤੀਆ ਸਰਪੰਚ ਦਾ। ਰਾਜੇ ਮੈਂ ਤੁਹਾਨੂੰ ਕੱਲ ਵੀ ਗੱਲ ਕਹੀ ਸੀ ਜੇ ਦਰਖਾਸਤ ਕੋਈ ਝੂਠੀ ਦਿੰਦਾ ਇਹਦਾ ਇਹ ਮਤਲਬ ਨਹੀਂਗਾ ਕਿ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ, ਸਾਰ ਚੀਜ਼ ਵੈਰੀਫਾਈ ਕਰਕੇ ਫੇਰ ਹੀ ਕੋਈ ਐਕਸ਼ਨ ਹੋ। ਨਹੀਂ ਸਰ, ਤੁਹਾਡਾ ASI ਮੈਨੂੰ ਅੱਧੀ ਰਾਤ ਨੂੰ ਹਰਾਸਮੈਂਟ ਕਰ ਰਿਹਾ ਕਿ ਤੈਨੂੰ ਮੈਂ ਹੁਣੇ ਮਤਲਬ ਕਿ ਤੈਨੂੰ ਮੈਂ ਅਰੈਸਟ ਕਰਨ ਆ ਰਿਹਾ ਅਤੇ ਮੈਂ ਕੀ ਕਰਾਂ ਸਰ ਫਿਰ? ਸਰ ਮੈਂ ਹੁਣੇ SHO ਸਾਹਿਬ ਕੋਲ ਆਇਆ ਸੀ ਆਪਣੀ ਸਫਾਈ ਦੇਣ ਵਾਸਤੇ ਜੀ। ਉਹ ਭੱਜ ਗਏ ਜੀ। ਮੈਂ ਪੁਲ 'ਤੇ ਖੜ੍ਹੇ ਸੀਗੇ, ਮੇਰੇ ਨਾਲ ਪੱਤਰਕਾਰ ਭਰਾ ਵੀ ਸੀਗੇ ਅਤੇ ਉਹ ਮੈਂ ਉਹਨਾਂ ਨੂੰ ਆਪਦੀ ਸਫਾਈ ਦੇਣ ਵਾਸਤੇ ਆਇਆ, ਚਾਹੇ ਮੈਂ ਮੇਰੀ ਗ੍ਰਿਫਤਾਰੀ ਪਾ ਲਓ ਅਤੇ ਚਾਹੇ ਮੇਰੀ ਆ ਸਫਾਈ ਪੱਤਰ ਲੈ ਲਓ ਮੇਰਾ, ਉਹ ਭੱਜ ਹੀ ਗਏ ਜੀ। ਠੀਕ ਆ, ਮੇਰੇ 'ਤੇ ਕਾਰਵਾਈ ਤਾਂ ਨਾ ਹੋਊਗੀ ਸਰ ਕੋਈ? ਠੀਕ ਹੈ ਸਰ, ਥੈਂਕ ਯੂ। ਅੱਜ ਬਲਵਿੰਦਰ ਸਿੰਘ ਜਿਸ ਨੂੰ ਪੁਲਿਸ ਪਰੇਸ਼ਾਨ ਕਰ ਰਹੀ ਹੈ ਉਸ ਵੱਲੋਂ ਆਪਣੀ ਗ੍ਰਿਫਤਾਰੀ ਦੇਣ ਦੇ ਲਈ ਕੱਚਾ ਪੱਕਾ ਵਿਖੇ ਪਹੁੰਚ ਗਏ। ਤੁਹਾਡੀ ਡਿਊਟੀ ਕਿੱਥੇ? ਮੇਰੀ ਡਿਊਟੀ ਹੈ ਜੀ ਚੰਡੀਗੜ੍ਹ 82 ਬਟਾਲੀਅਨ ਦੇ ਵਿੱਚ। ਮੈਂ ਵੈਸੇ PSO ਸੀਗਾ ਪਹਿਲੇ, ਸਰਦਾਰ ਤੇਜ ਪ੍ਰਤਾਪ ਸਿੰਘ ਬਾਠ ਕੁੱਲੇ ਵਾਲੇ, ਪੋਲੀਟੀਕਲ ਸੈਕਟਰੀ XCM ਪੰਜਾਬ। ਲੇਕਿਨ ਇਸ ਵੇਲੇ ਮੈਂ ਕਰੋਨਾ ਦੀ ਮਤਲਬ ਕਿ ਕਰੋਨਾ ਕਰਕੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ। ਇਸ ਵੇਲੇ ਮੈਂ 82 ਬਟਾਲੀਅਨ ਦੇ ਵਿੱਚ ਡਿਊਟੀ ਕਰ ਰਿਹਾ ਅਤੇ ਮੈਂ ਛੁੱਟੀ 'ਤੇ ਹਾਂ, ਆਪਣੇ ਕਿਸੇ ਨਿੱਜੀ ਕੰਮ ਵਾਸਤੇ ਇੱਥੇ ਆਇਆ ਹੋਇਆ ਸੀਗਾ ਜੀ। ਬਾਕੀ ਕੀ ਮਸਲਾ ਹੈ ਸਰ? ਮਸਲਾ ਇਹ ਹੋਇਆ ਜੀ, ਪਰਸੋਂ ਰਾਤੀ ਮੈਂ ਮਤਲਬ ਕਿ ਕੋਈ ਬੰਦਾ ਇਹਨਾਂ ਨੂੰ ਉਡੇਂਦਾ ਸੀਗਾ, ਉਹਦਾ ਨਾਂ ਹੈਗਾ ਕੋਈ ਕਾਫੀ ਉਹਦੇ ਪੁਰਾਣੇ, ਉਹਦੇ 'ਤੇ ਕਾਫੀ ਕੇਸ ਨੇ ਅਤੇ ਜਿਹੜਾ ਹਾਂ ਨਸ਼ੇ ਵਗੈਰਾ, ਚੋਰੀਆਂ, ਹੋਰ ਕਈ ਕੁਛ ਬੜਾ ਕੁਛ ਉਹਦੇ ਉੱਤੇ ਹੈਗਾ ਅਤੇ ਇਹਨਾਂ ਨੂੰ ਉਹ ਲੜੇਂਦਾ ਸੀਗਾ ਜੀ। ਔਰ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਂ ਵੀ ਇਹਨਾਂ ਨਾਲ ਸੰਪਰਕ ਕੀਤਾ। ਫਿਰ ਪਰਸੋਂ ਰਾਤ ਅਸੀਂ ਬੜੇ ਤਗੜੇ ਹੋ ਕੇ ਮਤਲਬ ਕਿ ਅਸੀਂ ਉਹ ਬੰਦੇ ਨੂੰ ਫੜਾਇਆ ਜੀ। ਰਾਤ ਕਿੰਨੇ ਵਜੇ ਕਰੀਬ? ਕੋਈ 11:30-12 ਵਜੇ ਤੋਂ ਉੱਪਰ ਹੀ ਟਾਈਮ ਸੀਗਾ ਜੀ। ਲੇਕਿਨ 2-3 ਵਜੇ ਤੱਕ ਮਤਲਬ ਕਿ ਸਾਡਾ ਓਪਰੇਸ਼ਨ ਚੱਲਦਾ ਰਿਹਾ ਤਕਰੀਬਨ, ਅਤੇ ਫਿਰ ਉਹ ਅਸੀਂ ਬੰਦਾ ਫੜਾਇਆ ਜੀ। ਉਸ ਤੋਂ ਬਾਅਦ 4 ਵਜੇ ਹੋਰ ਸਮਾਨ ਵੀ ਆਉਣਾ ਸੀਗਾ ਕਿ ਮੈਂ ਇਹਨਾਂ ਨੂੰ ਮਤਲਬ ਵਾਰ-ਵਾਰ ਫੋਨ ਕਰਦਾ ਰਿਹਾ ਕਿ ਮਤਲਬ ਕਿ ਉਹ ਸਮਾਨ ਫੜਿਆ ਜਾ ਸਕਦਾ ਸੀ ਜੇ ਇਹ ਮੇਰਾ ਸਾਥ ਦਿੰਦੇ। ਥਾਣਾ ਮੁਖੀ ਨਾਲ ਗੱਲ ਹੋਈ ਤੁਹਾਡੀ ਜੀ? ਥਾਣਾ ਮੁਖੀ ਨਾਲ ਵੀ ਹੋਈ ਜੀ, DSP ਭਿੱਖੀਵਿੰਡ ਨਾਲ ਵੀ ਹੋਈ ਅਤੇ DSP ਭਿੱਖੀਵਿੰਡ ਦਾ ਰੀਡਰ ਹੈ ਉਹਦੇ ਨਾਲ ਵੀ ਹੋਈ। ਇਹਨਾਂ ਨੇ ਮੈਨੂੰ ਕਿਹਾ ਅਸੀਂ ਬੰਦੇ ਭੇਜਾਂਗੇ, ਲੇਕਿਨ ਕੋਈ ਬੰਦਾ ਨਹੀਂ ਆਇਆ। ਮੈਂ ਸਾਰੀ ਰਾਤ ਜਾਗਦਾ ਰਿਹਾ ਲੇਕਿਨ ਕੋਈ ਬੰਦਾ ਨਹੀਂ ਆਇਆ। ਲੇਕਿਨ ਜੇ ਇਹ ਆ ਜਾਂਦੇ ਤਾਂ ਉੱਥੇ ਕਾਫੀ ਵੱਡਾ ਮਾਲ ਫੜਿਆ ਜਾ ਸਕਦਾ ਸੀਗਾ। ਉਸ ਤੋਂ ਬਾਅਦ ਸਰ ਕੋਈ ਤੁਹਾਡੇ ਨਾਲ ਕੋਈ ਜਿਸ ਤਰ੍ਹਾਂ ਕਹਿੰਦੇ ਤੁਹਾਡੇ 'ਤੇ ਕੋਈ ਐਪਲੀਕੇਸ਼ਨ ਆਈ ਹੈ? ਹਾਂਜੀ, ਮੇਰੇ 'ਤੇ ਉਸ ਤੋਂ ਬਾਅਦ ਜੀ ਕੱਲ੍ਹ ਸਵੇਰੇ ਇੱਕ ASI ਛਰਿੰਦਰ ਕੇ ਛਿੰਦਰਪਤ ਸਿੰਘ ਆਇਆ ਜੀ। ਕਿਹੜੇ ਥਾਣੇ 'ਚ ਲੱਗਾ ਜੀ? ਕੱਚੇ ਥਾਣਾ ਕੱਚਾ ਪੱਕਾ ਜੀ। ਹਾਂਜੀ, ਉਹਦਾ ਮੈਨੂੰ ਫੋਨ ਆਇਆ ਕਿ ਮਤਲਬ ਕਿ ਤੁਹਾਡੇ ਉੱਤੇ ਦਰਖਾਸਤ ਦਿੱਤੀ ਗਈ ਹੈ ਕਿ ਤੁਸੀਂ ਪਰਸੋਂ ਰਾਤ ਗੋਲੀਆਂ ਚਲਾਈਆਂ ਪਿੰਡ ਦੇ ਵਿੱਚ, ਜਦੋਂ ਕਿ ਪਰਸੋਂ ਰਾਤ ਕੱਚੇ ਪੱਕੇ ਥਾਣੇ ਦੀ ਪੁਲਿਸ ਮੇਰੇ ਨਾਲ ਸੀਗੀ। ਬੰਦਾ ਜਦੋਂ ਮੈਂ ਫੜਾਇਆ ਸਾਰੀ ਰਾਤ ਤਾਂ ਮੇਰੇ ਨਾਲ ਰਹੇ, ਤਾਂ ਮੈਂ ਗੋਲੀਆਂ ਕਦੋਂ ਚਲਾਈਆਂ? ਇਹ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ, ਇਹ ਮੈਨੂੰ ਬੰਦਾ ਫੜਾਇਆ ਮੈਂ, ਇਹ ਮੈਨੂੰ ਉਹਦਾ ਸਿਲਾ ਦਿੱਤਾ ਜਾ ਰਿਹਾ ਔਰ ਮੈਨੂੰ ਕਿਹਾ ਜਾ ਰਿਹਾ ਕਿ ਤੈਨੂੰ ਸਸਪੈਂਡ ਕਰਾਵਾਂਗੇ, ਧਮਕੀਆਂ ਦੇ ਰਹੇ ਆ। ਮੈਨੂੰ SSP ਸਾਹਿਬ ਦਾ ਵੀ ਫੋਨ ਆਇਆ, DSP ਸਾਹਿਬ ਦਾ ਵੀ ਆਇਆ ਕਿ ਤੁਸੀਂ ਮਤਲਬ ਕਿ ਤੂੰ ਗਲਤ ਕੰਮ ਕਰਨ ਦਿਆ, ਮੈਨੂੰ ਇਹ ਛਿੰਦਰ ਜਿਹੜਾ ਹੈਗਾ ਇਹ ਮੈਨੂੰ ਧਮਕੀਆਂ ਦਿੰਦਾ ਕਿ ਕਹਿੰਦਾ ਕਿ ਮੈਂ ਤੇਰੇ 'ਤੇ ਮੈਂ ਹੁਣੇ ਤੈਨੂੰ ਮੈਂ ਕਹਿੰਦਾ ਚੁੱਕ ਕੇ ਲਿਆਉਂਦਾ। ਮੈਂ ਇਹਨੂੰ ਕਿਹਾ ਕਿ ਮੈਂ ਖੁਦ ਥਾਣੇ ਆ ਜਾਂਦਾ, ਕਹਿੰਦਾ ਨਹੀਂ ਤੈਨੂੰ ਮੈਂ ਹੁਣੇ ਚੁੱਕ ਕੇ ਲਿਆਊਂਗਾ ਔਰ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਬਹੁਤ ਜ਼ਿਆਦਾ ਜੀ, ਜਿਹੜਾ ਬੰਦਾ ਫੜਾਉਣ ਦੀ ਮਤਲਬ ਕਿ ਇਹ ਮੈਨੂੰ ਸਿਲਾ ਦਿੱਤਾ ਜਾ ਰਿਹਾ। ਇਸ ਮੌਕੇ 'ਤੇ ਜਦ ਹੋਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਜਵਾਬ ਦੇਣ ਤੋਂ ਮਨਾ ਕਰ ਦਿੱਤਾ। ਮੈਡਮ, ਕੋਈ ਬੰਦਾ ਫੜ ਕੇ ਲਿਆਂਦਾ ਕੁੱਲੇ ਤੋਂ? ਮੈਡਮ ਦੱਸ ਦਿਓ ਕੁਛ। ਚਲੀਏ।
इस बारे पिंड कुल्ला दे सरपंच राजवंत सिंह जिन्हां दे भतीजे नूं पुलिस ने गिरफ्तार किया है, उन्हां दा कहना है कि वह अजिहे समाज विरोधी लोगों की पैरवाई नहीं करते, चाहे वह कोई भी होवे। मैं जी ना तो चोर मगर जाना है, ना कि नशा तस्कर मगर जाना है, तो ना मैनू कदी भावें मेरा कोई अपना होवे जां पराया होवे, ना मैं कदी नशेड़ी दे मगर जाना। जिहड़ा कोई कहिंदा कि अहीं नशे छड्डना चाहुंदे आ, उहनां नूं कैंप 'च जा के उहनां नूं दाखल कराईदा है, उहनां नूं दवाई बूटी कराईदी है, लेकिन गंदे बंदे मगर मैं अजे तक कदी भी किसे ले गया नहीं। मुंशी जी थे? नहीं, मैं छोटा मुंशी हूं। छोटा मुंशी जी थे, इहनां दे खिलाफ कोई तुहाडे कोल दरखास्त हैगी आ? अफसर कोल हो सकदी आ, तुहाडे कोल नहीं कोई रिकॉर्ड, कोई जानकारी हैगी इहनां दी? कोई जो दरखास्त होंदी कोई रिकॉर्ड लिखदे कि नहीं? हांजी हांजी, रिकॉर्ड चैक करोगे तो हैगी इहनां खिलाफ दरखास्त कोई? मोबाइल खोके भजया पंजाब का किसान देश नूं अन्न पैदा करके दिंदा है, पर अज पंजाब दे किसान ते बहुत वड्डा आर्थिक बोझ पै गया है। डीजल दियां कीमतां तकरीबन 100 रुपये दे पहुँच गईं। मैं वादा करदा श्रोमणी अकाली दल बहुजन समाज पार्टी की सरकार बनते हर किसान नूं 10 रुपये लीटर डीजल सस्ता देवांगे, तकरीबन 2200 रुपये एक ड्रम, मगर उहदा फायदा होगा जिस नाल उहदा बोझ घट सके।